बिस्मिल्लाहिर्रहमानिर्रहीम अस्सलाम वालेकुम प्यारे दोस्तों, मेरा नाम है आतिफ शहजाद, आप देख रहे हो जानी बेस्ट चैनल। दोस्तों जी इतवार का दिन है तो आज की वीडियो डेट है 21 जुलाई 2024। शौकिया वीडियो थोड़े सामने लैके आए हैं मार डेरी फार्म तो भाई मोहम्मद खुरम साहब की, और ये वीडियो की जी लोकेशन है तसवराबाद अड्डा जी बलवाल तो 10 किलोमीटर तकरीबन 10 किलोमीटर कर लो तुम, 18 नहर पुल क्रॉस करते कि जी कलोनी क्रॉस करनी है तो राइट साइड का टावर है, तो मार डेरी फार्म की लोकेशन है। बच्चियाँ की ਇੱਥੇ ਜਿਹੜੀ ਕੈਟਾਗਰੀ ਲੱਭਦੀ ਹੈ ਬੜੀ ਘੱਟ, ਕਿੱਦਾਂ ਹੀ ਹੋਰ ਵੀ ਲੱਭੇ ਕਿਉਂਕਿ ਮਿਆਰ ਦੇ ਉੱਤੇ ਫੋਕਸ ਹੈ। ਅੱਜ 3-4 ਲਾਟਾਂ ਵਿਖਾਣੀਆਂ ਹਨ, ਪਰ ਜਿਹੜੀਆਂ ਬੱਚੀਆਂ ਅੱਜ ਤੁਹਾਨੂੰ ਪਹਿਲੀ ਲਾਟ 'ਚ ਵਿਖਾ ਦੇਣੀਆਂ, ਤੁਸੀਂ ਆਖੋਗੇ ਕਿ ਵਾਕਈ ਮਿਆਰ ਹੈ ਭਲੇ ਛੋਟੀਆਂ ਬੱਚੀਆਂ ਨੇ। ਅੱਜ ਰੈਡੀ ਟੂ ਇਨਸੈਮੀਨੇਟ ਸਿਮਨ ਲੱਗੀਆਂ ਬੱਚੀਆਂ ਪੂਰੀਆਂ ਵੇਖਣੀਆਂ ਨੇ, ਤੁਸੀਂ ਡਿਟੇਲ ਲੈਂਦੇ ਹਾਂ ਬਾਈ ਖੁਰਮ ਕੋਲ। ਅਸਲਾਮ ਜੀ, ਵਾਲੇਕੁਮ ਬਾਈ ਸਾਹਿਬ, ਸਿਹਤ ਤਬੀਅਤ ਅਲਹਮਦੁਲਿਲਾਹ। ਮਾ ਸਾਹਿਬ ਅੱਜ ਮੈਂ ਵੇਖ ਰਿਹਾ ਛੋਟੇ ਬੱਚੇ ਵੀ ਮੌਜੂਦ ਜੀ ਆਤੇ ਬਾਈ, ਇੰਪੋਰਟਡ ਮਾਵਾਂ ਦੀਆਂ ਬੱਚੀਆਂ ਨੇ ਇਹ ਜਿਹੜੀਆਂ ਨੇ ਜਿਹੜੀਆਂ, ਔਰ ਅੰਦਰ ਜਿਹੜੀਆਂ ਖਲੋਤੀਆਂ ਨੇ ਸਾਰੀਆਂ ਅੱਛੀਆਂ ਬੱਚੀਆਂ ਨੇ, ਰੈਡੀ ਟੂ ਸੈਮੀਨੇਟ ਵੀ ਐਨ ਮੀਡੀਅਮ ਲਾਟ ਵੀ ਉਸੀ, ਮੀਡੀਅਮ ਵੀ ਉਸੀ, ਲੋ ਵੀ ਉਸੀ ਤੇ ਹਾਈ ਵੀ ਉਸੀ, ਯਾਨੀ ਕਿ ਹਰ ਭਰਾ ਵਾਸਤੇ ਅੱਛੀ ਚੀਜ਼ ਮੌਜੂਦ ਹੈ। ਹੈਂ ਟੋਟਲ ਕਿੰਨੇ ਕੁ ਜਾਨਵਰ? ਤਕਰੀਬਨ 20-25 ਜਾਨਵਰ ਖਾਣੇ ਨੂੰ ਰੇਟ ਜੈਸ ਆਤੇ ਬਈ ਆਪਣੇ ਤੋਂ ਕੋਸ਼ਿਸ਼ ਹੁੰਦੀ ਹੈ, ਹਰ ਫਾਰਮਰ ਇਹ ਗੱਲ ਕਰਦਾ ਜੀ ਸਾਡੇ ਲੋਕ ਕੋਸ਼ਿਸ਼ ਹੁੰਦੀ ਹੈ ਕਿ ਜੈ ਜਾਂ ਨਫਾ ਰੱਖ ਕੇ ਜਾਨਵਰ ਵਿਖਾਈਏ, ਬਾਕੀ ਮਾਰਕੀਟ ਤੁਹਾਡੇ ਸਾਹਮਣੇ ਹੁੰਦੀ ਹੈ, ਰੈਗੂਲਰ ਬੇਸਿਸ ਤੇ ਵੀਡੀਓਜ਼ ਲੱਗਦੀਆਂ ਨੇ। ਤੇ ਅੱਜ ਸਰਪ੍ਰਾਈਜ਼ਡ ਵੀਡੀਓ ਇਸ ਲਈ ਲਾ ਰਹੇ ਹਾਂ ਕਿ ਤੁਹਾਨੂੰ ਇਨਸ਼ਾਅੱਲਾ ਪੂਰਾ ਮਿਆਰ ਵੀ ਵਿਖਾਵਾਂਗੇ। ਇੱਕ ਹੋਰ ਗੱਲ ਹੈ, ਬਜਸ ਭਾਈ ਬਿਆਨਾ ਕਰ ਸੀ ਨਾ, ਅਸੀਂ ਉਸ ਦੇ ਪਾਬੰਦ ਸਾਂ, ਕੁਝ ਭਾਈ ਇੰਜ ਹੁੰਦੇ ਨਾ ਤੇ ਭਾਈ ਉਹ ਕਹਿੰਦੇ ਨੇ ਅਸੀਂ ਆ ਰਹੇ ਹਾਂ, ਠੀਕ ਹੈ, ਡਿਸਟਰਬ ਕਰਦੇ ਨੇ, ਉਹਨਾਂ ਦਾ ਸਾਡਾ ਬਿਆਨਾ ਜਿਸ ਭਾਈ ਕਰਦੇ ਨੇ ਅਸੀਂ ਉਸ ਕਣ ਪਾਬੰਦ ਆ, ਜੇ ਦੂਜੀ ਕਣ ਕੋਈ ਪਾਬੰਦ ਆ ਉਹਦੀ ਕਿਸਮਤ ਤੇ ਡਿਪੈਂਡ ਕਰਦਾ, ਉਹ ਆ ਜਾਵੇ ਹੋਣ ਤੇ ਉਹ ਲੈ ਜਾਵੇ, ਸੇ ਲੋ ਵੈਨ ਤੇ ਅਸੀਂ ਉਸ ਅਗਰ ਬਿਆਨਾ ਨਹੀਂ ਲਵਾਇਆ ਫਿਰ ਤੁਸੀਂ 2 ਦਿਨਾਂ ਬਾਅਦ ਆਉਂਦੇ ਹੋ ਜਾਂ ਪਹਿਲੇ ਕੋਈ ਆ ਕੇ ਲੈ ਜਾਂਦਾ ਤਾਂ ਫਿਰ ਉਹਨਾਂ ਦੀਆਂ, ਅਗਰ ਟੋਕਨ ਕਰਦੇ ਹੋ ਲਾਟ ਦਾ ਫਿਰ ਉਹ ਲਾਟ ਤੁਹਾਡੀ ਹੈ, ਫਿਰ 1-2 ਦਿਨ ਦਾ ਟਾਈਮ ਤੇ ਤੁਸੀਂ ਆ ਸਕਦੇ ਹੋ। ਵੀਡੀਓ ਸਕੂਨ ਨਾਲ ਵੇਖੋ, ਚੱਲਦੇ ਰਹੋ, ਸਬਸਕ੍ਰਾਈਬ ਕਰੋ, ਚੱਲਦਾ ਪਹਿਲੀ ਲਾਟ। मज़ीद इस तरह की वीडियो देखने के लिए हमारे जानी बेस्ट चैनल को सब्सक्राइब करें और बेल आइकन को प्रेस करें ताकि मज़ीद इस तरह की वीडियो की नोटिफिकेशन आपको टाइम पर मिलती रहे। बिस्मिल्लाहिर्रहमानिर्रहीम, दोस्तों जी पहली लाड़ दी पहली ईफर माशा जी अमेरिकन नौकरी, जिवें भाई खुरम ने गल कीती है कि इंपोर्टेड मावां दीयां बच्चियां, उस दिन म्यार पूरा विखावांगे, शौक विखावांगे ते वेखदे जाओ जी। एक एक ईफर, ਕੋਈ ਧੁੰਨੀ ਨਹੀਂ ਹੋਏਗੀ, ਝਾਲਰ ਨਹੀਂ ਹੋਏਗੀ, ਬੱਚੀਆਂ ਇੰਪੋਰਟਡ ਮਾਵਾਂ ਦੀਆਂ ਜਦੋਂ ਬੱਚੀਆਂ ਨੇ ਤਾਂ ਫਿਰ ਕਲਾਸ ਪੂਰੀ ਹੋਏਗੀ। ਐਜ਼ ਰੱਖ ਇਸ ਦਾਣੇ ਦੇ ਉੱਤੇ ਫੋਕਸ ਕਰੋ, ਮਾਸ਼ਾ ਅੱਲਾ ਕਿਤਨਾ ਪਿਆਰਾ ਨੱਗ ਹੈ, ਅੱਲਾ ਪਾਕ ਨਸੀਬ ਕਰੇ, ਅੱਛੀਆਂ ਚੀਜ਼ਾਂ ਸਾਰੀਆਂ ਹੀ ਅੱਛੀਆਂ ਚੀਜ਼ਾਂ। ਐਂਡ ਫਿਰ ਕਿਲਾ ਇਹ ਨਹੀਂ ਚਿੱਟੀ, ਇਹ ਕਿਹ ਵੀ ਚਿੱਟੀ ਹੈ ਮਾਸ਼ਾ, ਨੁਕਰੀਆਂ ਜਿਹੜੀਆਂ ਬਰਾਤ ਨੇ, ਜਿਹੜੀਆਂ ਬਲੈਕ ਬਿਊਟੀਆਂ ਮੰਗਦੇ ਨੇ, ਮੋਡ ਬਿਲੀਅਰ ਫੇਸ ਮੰਗਦੇ ਨੇ, ਉਹ ਵੀ ਤੁਹਾਡੇ ਸਾਹਮਣੇ ਮੌਜੂਦ ਨੇ। ਹੁਣ ਬੱਚੀ ਵੇਖੋ ਕਿਤਨੀ ਹਾਈ ਸਟੈਂਡਰਡ ਦਾ ਹੀਰਾ ਹੈ, ਇਹ ਹਾਈ ਸਟੈਂਡਰਡ ਦਾ ਹੀਰਾ, ਬਲੈਕ ਵੇਖ ਲਓ ਤੁਸੀਂ। ਬੇਗੁਰਮ ਕਿੰਨੀ ਉਮਰ ਹੋਣੀ ਹੈ ਜਿਨ੍ਹਾਂ ਦੀ? ਪੂਰੀ ਬੋਡੀ ਸਟਰਕਚਰ, ਲੈਗ ਸਕੋਰ ਸਾਰਾ ਕੁਝ, ਜਿਹੜਾ ਬਰਾਤ ਦਾ ਪਿਆ ਵੇਖੋ, ਬੱਚਿਆਂ ਲੈਣ ਲੱਗਿਆ ਫੋਕਸ ਕਰੋ, ਫੋਕਸ ਕਰਨ ਇਸ ਚੀਜ਼ ਨੂੰ, ਬੇਕੇ ਚੀਜ਼ਾਂ ਨੇ, ਹੱਡੀ ਅੱਛੀ ਹੈ, ਲੈਗ ਸਕੋਰ ਚੰਗਾ ਹੈ ਤੇ ਗਾਂ ਚੰਗੀ ਬਣਨੀ ਹੈ। ਹੁਣ ਆ ਬਲੈਕ ਹੀ ਵਿਖਾ ਦਿੰਦੇ ਆ, ਫੇਸ ਵੇਖੋ ਬਲੈਕ ਕੋਲ, ਮਾਸ਼ਾਅੱਲਾ ਇੱਕ ਇੱਕ ਵੱਛੀ ਹੈ ਤੇ ਟਾਪ ਦੀ ਵੱਛੀ ਹੈ ਤੇ ਤੁਹਾਨੂੰ ਮਜ਼ਾ ਆਏਗਾ ਵੀਡੀਓ ਪੂਰੀ ਜਿਸ ਭਰਾ ਨੇ ਵੇਖੀ, ਰੇਟ ਵੀ ਲੈ ਕੇ ਦੇਵਾਂਗੇ ਤੇ ਜਾਇਜ਼ ਇਨਸ਼ਾਅੱਲਾ ਤਾਲਾ ਹੋਏਗਾ, ਔਰ ਤੁਹਾਡੇ ਕੋਲ ਪੂਰਾ ਮੌਕਾ ਹੋਏਗਾ ਕਿ ਅੱਛੀ ਚੀਜ਼, ਅੱਛੀ ਬਰੀਡ, ਅੱਛੀ ਬਲੱਡ ਲਾਈਨ ਤੁਹਾਡੇ ਤੱਕ ਪਹੁੰਚੇਗੀ, ਔਰ ਆਖੋਗੇ ਕਿ ਵਾਕਈ ਮਾਰ ਡੇਰੀ ਦੀਆਂ ਹੀਫਰਾਂ ਪੂਰੀ ਮਾਰਕੀਟ ਨਾਲੋਂ ਅੱਛੀ ਕੈਟਾਗਰੀ ਦੇ ਵਿੱਚ ਦਸਤਿਆਬ ਹੁੰਦੀਆਂ ਨੇ, ਔਰ ਰੇਟ ਵੀ ਮਕੂਲ ਹੁੰਦੇ ਨੇ, ਇਹ ਨਹੀਂ ਕਿ ਰੇਟ ਵੱਧ ਨੇ ਤੇ ਚੀਜ਼ਾਂ। ਬਾਈ ਖੁਰਮ ਜੀ ਜੀ, ਗੱਲ ਪਿਆਰ ਮੁਹੱਬਤ ਦੀ ਹੋਵੇ, ਫਸਟ ਲਾਟ ਹੈ ਮੁਕਤਸਰਨ,
ਬਾਕੀ ਸੀ ਭਾਈ ਹੋਰ ਕਲੋਨੀਆਂ ਨਾਲ ਭਾਵੇਂ ਉਹ 2.5 ਲੱਖ ਵੀ ਲੈਂਦਾ ਅੱਜ ਕੱਲ੍ਹ ਲੱਗਦੇ ਪੈਣੇ ਨਾ 2.5 ਲੱਖ ਵੀ ਲੱਗਦੇ ਨੇ ਇੰਪੋਰਟੈਂਟ ਦੇ ਲੇਕਿਨ ਔਰ ਇਹਦੀ ਸਾਡੀ ਗਰੰਟੀ ਅਸੀਂ ਅਸੀਂ ਆਪਣਾ ਡਾਕਟਰ ਲੈ ਆਵੇ ਆਪਣਾ ਤਸੱਲੀ ਕਰੇ ਫਿਰ ਲੈ ਜਾਵੇ ਬੱਚਿਆਂ ਦੀ ਤਸੱਲੀ ਕਰੇ ਕਿੰਨੇ ਦੀ ਲਾਟ ਸੀ ਭਾਈ ਪਸੰਦ ਆ ਗਏ ਅੱਜ ਖਸੂਸਨ 1,45,000 ਦੇ ਹਿਸਾਬ ਨਾਲ ਬੱਚੇ 1,45,000 ਇਸ ਲਾਟ ਦਾ ਰੇਟ ਹੈ ਫੀ ਨਗ ਦਾ ਫੀ ਬੱਚੀ ਦਾ ਰਾਬਤਾ ਕਰੇ ਅੱਛੀਆਂ ਬੱਚੀਆਂ ਲੈਣੀਆਂ ਜੇ ਅੱਛੀ ਚੀਜ਼ ਲੈਣੀ ਜੇ ਕੱਲ ਨੂੰ ਗਾਂ ਬਣਾਉਣੀ ਜੇ 7-8 ਲੱਖ ਵਾਲੀ ਫਿਰ ਇਹ ਵੀਡੀਓ ਤੁਹਾਡੇ ਵਾਸਤੇ ਹੈ ਕਿ ਜਾ ਕੇ ਜਿਹਨੇ ਚੰਗੀਆਂ ਗਾਵਾਂ ਬਣਾਉਣੀਆਂ ਨੇ ਹੀਰੇ ਲੈ ਜਾਣੇ ਨੇ ਉਹਦੇ ਵਾਸਤੇ ਰੇਟਾਂ ਚੋਂ ਰੇਟ ਕੋਈ ਨੀ ਜੇ ਪਹਿਲੀ ਲਾਸਟ ਸਕੀਮ ਦੇ ਉੱਤੇ ਮੌਜੂਦ ਸੀ 1,45,000 ਰੁਪਿਆ ਫੁੱਲੀ ਫਾਈਨਲ ਔਰ 4 ਦੀ ਸਿਲੈਕਸ਼ਨ ਚ 2-2 ਦੀ ਸਿਲੈਕਸ਼ਨ ਦੋ ਭਾਈ ਦੀ ਮਰਜ਼ੀ ਦੀਆਂ ਦੋ ਤੁਹਾਡੀ ਮਰਜ਼ੀ ਦੀਆਂ ਚਲਤੇ ਅਗਲੀ ਲਾਟ ਦੋਸਤੋ ਜੀ ਲਾਟ ਨੰਬਰ ਆ ਗਈ ਜੇ 2 ਇਹਦੇ ਚ ਹੀਰੋ ਨੇ ਸਿਰਫ ਔਰ ਸਿਰਫ 4 ਨਗ ਉਹਨਾਂ ਤੋਂ ਥੋੜੀ ਜੀ ਵੱਡੀ ਲਾਟ ਕਹਿਣ ਦਾ ਮਕਸਦ ਹੈ ਦਰਮਿਆਨੀ ਲਾਟ ਉਹ ਥੋੜੀ ਛੋਟੀਆਂ ਬੱਚੀਆਂ ਸਨ 6-7 ਮਹੀਨੇ ਇਹ ਬੱਚੀਆਂ ਜਿਹੜੀਆਂ ਨੇ 10-12 ਮਹੀਨੇ ਇਹਨਾਂ ਦੀ ਏਜ ਉਮਰ ਇਤਨੀ ਹੈ ਤਕਰੀਬਨ ਇਹਨਾਂ ਨੂੰ 2 ਮਹੀਨੇ ਇਹ ਜਿਹੜਾ ਸੋਹਣ ਬੱਦਲ ਦਾ ਮਹੀਨੇ ਨੇ ਇਹ ਕੱਢ ਕੇ ਤੁਸੀਂ ਇਹਨਾਂ ਨੂੰ ਬੇਸ਼ੱਕ ਸਿਮਨ ਲਵਾ ਸਕਦੇ ਹੋ 2 ਮਹੀਨੇ ਇਹਨਾਂ ਜ਼ਿਆਦਾ ਜ਼ਿਆਦਾ ਕੱਢਣੇ ਨੇ ਇਸ ਤੋਂ ਅੱਗੇ ਇਹਨਾਂ ਨੂੰ ਸਿਮਨ ਲੱਗ ਜਾਣ ਇਹਨਾਂ ਨੂੰ ਇੱਕ ਵਾਰੀ ਕੱਢ ਬਾਈ ਮੌਸਮ ਮਾਸ਼ਾਅੱਲਾ ਪੰਜਾਬ ਦਾ ਬੜਾ ਪਿਆਰਾ ਇਸ ਟਾਈਮ ਤੁਹਾਨੂੰ ਪਤਾ ਹਰ ਸਾਈਡ 'ਤੇ ਮੌਨਸੂਨ ਦੀਆਂ ਬਾਰਿਸ਼ਾਂ ਦਾ ਸਿਲਸਿਲਾ ਸ਼ੁਰੂ ਹੈ ਔਰ ਅੱਛੀਆਂ ਬਰੀਡਾਂ ਇਸ ਟਾਈਮ ਵੇਖੋ ਐਂਡ ਦੇ ਐਕਟਿਵ ਦਾਣੇ ਤੁਸੀਂ ਖਰੀਦ ਸਕਦੇ ਹੋ ਇੱਥੇ ਆ ਕੇ ਤੁਹਾਡੇ ਕੋਲ ਪੂਰਾ ਆਪਸ਼ਨ ਹੈ ਮੌਕੇ 'ਤੇ ਆਓ ਕਿ ਅੱਛੀ ਬਲੱਡ ਲਾਈਨ ਤੁਹਾਡੇ ਸਾਹਮਣੇ ਦਸਤੀਆਬ ਹੈ ਐਜ਼ ਰੱਖ ਬੱਚੀ ਵੇਖੋ ਨਾ ਬਹੁਤ ਪਿਆਰਾ ਜਾਨਵਰ ਹੈ ਇਹ ਜ਼ਰਾ ਚੈੱਕ ਆਊਟ ਕਰੋ ਇਹਦੇ 'ਚ ਤਾਂ ਬੜਾ ਪਿਆਰਾ ਕਰੋਸ ਟੱਚ ਹੈ ਇਹ ਜਿਹੜਾ ਹੀਰਾ ਇਹਦੇ 'ਚ ਕੋਈ ਹੈ ਰੈੱਡ ਫਰੀਜ਼ੀਅਨ ਅਤੇ ਉਹ ਜਿਹੜਾ ਅਗਲੇ ਦਿਨ ਮੈਂ ਲਾਇਆ ਸੀ ਲਾਜਪਾਲ ਡੇਅਰੀ ਦੇ ਉੱਤੇ ਇੱਕ ਗਾਂ ਵਿਖਾਈ ਸੀ ਬੜੀ ਪਿਆਰੀ ਜੀ ਵੈੜ ਸੀ ਰੰਗ ਪ੍ਰਿੰਟ ਨਸਲ ਇੰਪੋਰਟਡ ਕੈਟਾਗਰੀ ਦੀ ਇਹ ਤਕਰੀਬਨ ਅਬਲਿਕ ਤੁਸੀਂ ਲਾਲ ਅਬਲਿਕ ਕਹਿ ਸਕਦੇ ਹੋ ਉਸ ਹਿਸਾਬ 'ਚ ਵੀ ਹੁੰਦੀਆਂ ਨੇ 12 ਮਹੀਨੇ ਇਹ ਜ ਹੈ ਜੀ ਨਾ ਜੀ ਆਤੇ ਬਈ 13-14 ਮਹੀਨੇ ਰਾਉਂਡ ਅਬਾਊਟ ਇਹ 2 ਮਹੀਨੇ ਗਰਮੀਆਂ ਦਾ ਆਪਣਾ ਸਾਮ ਲਓ ਸੋਹਣ ਬਦਰੂ ਸਾਮ ਲਓ ਅੱਗੋਂ ਅਸੂ ਤੇ ਜਾ ਕੇ ਜਿਹੜਾ ਮੌਸਮ ਆ ਜਾਣਾ ਉਹਦੇ ਵਿੱਚ ਇਹਨਾਂ ਨੂੰ ਬਿਸ਼ੱਕ ਸਿਮਨ ਲਵੋ ਕਿਉਂਕਿ ਇਹ 2 ਮਹੀਨੇ ਜਿਹੜੇ ਨੇ ਥੋੜੀ ਥੋੜੀ ਧੁੱਪ ਨਹੀਂ ਜ਼ਿਆਦਾ ਹੁੰਦੀ ਲੇਕਿਨ ਥੋੜੀ ਬਹੁਤੀ ਗਰਮੀ ਜ਼ਰੂਰ ਰਹਿੰਦੀ ਹੈ ਰਾਤਾਂ ਠੰਡੀਆਂ ਦਿਨ ਨੂੰ ਗਰਮੀ ਇਸ ਵਜ੍ਹਾ ਤੋਂ ਇਹਨਾਂ ਚੀਜ਼ਾਂ ਵਾਸਤੇ ਇਹ ਮੌਸਮ 2 ਮਹੀਨੇ ਤੁਸੀਂ ਬਿਸ਼ੱਕ ਗਰੋਥ ਕਰਾਓ ਅੱਛੀ ਫੀਡ ਦੇ ਉੱਤੇ ਲੈ ਜਾਓ ਵੰਡਾ ਲਾਓ ਥੋੜ੍ਹਾ ਥੋੜ੍ਹਾ ਇਹਨਾਂ ਨੂੰ ਫੀਡ ਮੈਂਟੇਨ ਕਰੋ ਔਰ ਬੜੇ ਹੀ ਐਕਟਿਵ ਨੇ ਮਾਸ਼ਾਅੱਲਾ ਜਾਨਵਰ ਬੱਚੀਆਂ ਲੈਣ ਲੱਗੇ ਕੋਸ਼ਿਸ਼ ਕਰਿਓ ਸੁਸਤ ਬੱਚੀ ਜਿਹੜੀ ਉਹ ਨਹੀਂ ਲੈਣੀ ਉੱਥੇ ਸੁਸਤੀ ਤੁਸੀਂ ਵੀ ਨਹੀਂ ਕਰਨੀ ਜਿਹੜੀ ਸੁਸਤ ਬੱਚੀ ਉਹ ਬਿਸ਼ੱਕ ਵਿੱਚੋਂ ਕੱਢੋ ਨਾ ਕੋ ਮੈਨੂੰ ਐਕਟਿਵ ਦੇ ਜਿਵੇਂ ਇਹ ਭੱਜ ਨੱਸ ਰਹੀ ਹੈ ਮਾਸ਼ਾਅੱਲਾ ਹਰ ਬੱਚੀ ਭੱਜ ਨੱਸ ਰਹੀ ਹੈ ਉਹਦਾ ਮਤਲਬ ਇਹ ਕਿ ਖਾਣ ਪੀਣ ਦੀਆਂ ਵੀ ਤਕੜੀਆਂ ਨੇ ਐਕਟਿਵ ਵੀ ਨੇ ਤੇ ਤੁਹਾਡਾ ਫਾਇਦਾ ਗਰੋਥ ਚੰਗੀ ਕਰਨਗੀਆਂ ਖੁਰਮ ਭਾਈ ਕੀ ਲਾਟ ਦਾ ਰੇਟ ਆਤੇ ਭਾਈ ਮੁਖਤਸਰ ਜੀ ਗੱਲ ਕਿਸੇ ਭਾਈ ਨੂੰ ਪਸੰਦ ਆ ਗਈ 4 ਬੱਚੀਆਂ ਠੀਕ ਹੈ 1,55,000 1,55,000 ਅੱਛਾ ਫਰਕ 5-5 ਮਹੀਨੇ ਦਾ ਆਇਆ ਏਜ ਉਮਰ ਚ 4 ਮਹੀਨੇ 5 ਮਹੀਨੇ ਦਾ ਰੇਟਾਂ 10,000 ਦਾ ਫਰਕ ਆਇਆ ਇਹ ਕੀ ਤੁਸੀਂ ਬਿਹਤਰ ਸਮਝੋ ਅਜਾ ਜੀ ਇਹ ਜਿਹੜੇ ਬਰਾਸ ਸਮਝਦੇ ਨੇ ਦੋਸਤੋ ਜੀ ਉਹਨਾਂ ਬੱਚੀਆਂ ਦੇ ਕੋਲ ਕਿਉਂਕਿ ਇੰਪੋਰਟਡ ਮਾਵਾਂ ਦੀਆਂ ਬੱਚੀਆਂ ਸਨ ਬਰੀਡ ਬਹੁਤ ਅੱਛੀ ਸੀ ਬਲੱਡ ਲਾਈਨ ਅੱਛੀ ਸੀ ਉਹਨਾਂ ਨੇ ਤੁਸੀਂ ਵੇਖਿਆ ਹੋਣਾ ਬੱਚੀਆਂ ਕਿਨੇ ਦੀਆਂ ਨੇ ਉਸ ਹਿਸਾਬ ਨਾਲ ਉਹਨਾਂ ਦਾ ਰੇਟ ਸੀ ਇਹ ਵੱਡੀਆਂ ਜ਼ਰੂਰ ਨੇ ਲੇਕਿਨ ਉਹ ਹਿਸਾਬ 'ਚ ਅਗਰ ਤੁਸੀਂ ਵੇਖੋ ਤਾਂ ਫਿਰ ਉਸ ਹਿਸਾਬ 'ਚ ਨਹੀਂ ਜਾਣੀਆਂ ਅਤੇ ਬਾਕੀ ਚੰਗੀ ਗਾਂ 5-6 ਲੱਖ ਰੁਪਏ ਦੀ ਫਸਟ ਟਾਈਮ ਵੈੜ ਅੱਜ ਕੱਲ੍ਹ ਨਾਰਮਲ ਚੱਲ ਰਹੀ ਹੈ ਇਸ ਲਈ ਇਸ ਕਾਰੋਬਾਰ 'ਚ ਜਿਤਨਾ ਕਹਿ ਸਕੋ ਉਤਨਾ ਮਾਸ਼ਾ ਅੱਲਾ ਪਾਕ ਨੇ ਰਿਜ਼ਕ ਰੱਖਿਆ ਮੁਨਾਫਾ ਰੱਖਿਆ ਹਰ ਫਾਰਮਰ ਨੂੰ ਅੱਲਾ ਪਾਕ ਰੋਜ਼ੀ ਰੋਟੀ ਦੇ ਰਿਹਾ ਚਲਤੇ ਅਗਲੀ ਖੂਬਸੂਰਤ ਬਰੀਡ ਕੀ ਤਰ੍ਹਾਂ ਲਓ ਜੀ ਦੋਸਤੋ ਅੱਜ ਦੀ ਵੀਡੀਓ ਦੀ ਮਾਸ਼ਾਅੱਲਾ ਜੀ ਲਾਸਟ ਲਾਟ ਮਾਰ ਡੇਰੀ ਫਾਰਮ ਲੋਕੇਸ਼ਨ ਤਸਵਰਾਬਾਦ ਅੱਡੇ ਦੇ ਉੱਤੇ ਮਾਸ਼ਾਅੱਲਾ ਜੀ 2, 4, 6, 8 ਹੀਰੇ ਇਹ ਜੇ ਉਹ ਹੀਰੇ ਜਿਹਨਾਂ ਨੂੰ ਮਾਸ਼ਾਅੱਲਾ ਜੀ ਕਹਿ ਸਕਦੇ ਹਾਂ
ਕਿ ਰੈਡੀ ਟੂ ਇਨਸੈਮੀਨੇਟ, ਕਈਆਂ ਨੂੰ ਸਮਨ ਲੱਗੇ ਹੋਏ ਵੀ ਹੈ ਇਹਨਾਂ ਚੋਂ ਬਈ ਖੁਰਮ ਦੱਸ ਰਹੇ ਸਨ, ਲੇਕਿਨ ਇੱਕ ਵਾਰੀ ਬਰੀਡਾਂ ਤੁਸੀਂ ਵੇਖਣੀਆਂ ਨੇ, ਇੱਕ ਇੱਕ ਬੱਚੀ ਦੇ ਉੱਤੇ ਮੈਂ ਕੈਮਰਾ ਲੈ ਕੇ ਜਾਣਾ, ਤੁਸੀਂ ਕੁਛ ਕਰਿਓ ਸਕਰੀਨ ਸ਼ਾਟ, ਜਿਹੜੇ ਬਰਾ ਲੈਣਾ ਚਾਹੁੰਦੇ ਨੇ ਉਹ ਲੈ ਲੈਣ, ਐਦਰਕ ਮੱਛੀ ਵੇਖ ਲਓ, ਮਾਸ਼ਾਅੱਲਾ ਮੱਛੀ ਨੰਬਰ ਜੀ ਤਿੰਨ, ਮੱਛੀ ਨੰਬਰ ਤਿੰਨ ਅਲੱਗ ਅਲੱਗ ਰੱਖਣੇ ਆ, ਮੱਛੀ ਨੰਬਰ ਤਿੰਨ, ਮੱਛੀ ਨੰਬਰ ਚਾਰ ਜੀ ਆਏ ਮਾਸ਼ਾਅੱਲਾ ਸ਼ਹਿਜ਼ਾਦੀ, ਇਹ ਪੰਜ ਨੰਬਰ ਹੀਰਾ ਕਿਆ ਕਹਿਣੇ, ਛੇ ਨੰਬਰ, ਇੱਕ ਵਾਰੀ ਸਿੱਧੀ ਹੋ ਕਿਹਾ ਮੈਂ ਇਕੱਲੀ ਤੇਰੀ ਦੇ ਉੱਤੇ ਜ਼ਰੂਰ ਫੋਕਸ ਕਰਨਾ ਕਿਉਂਕਿ ਬਰੀ ਇਹ ਵੇਖੋ ਜੀ ਮਾਸ਼ਾਅੱਲਾ, ਹੀਰਾ ਪੂਰਾ ਵੇਖੋ ਜੀ, ਇਹ ਪਰਲੀ ਮੱਛੀ ਵੇਖ ਲਓ, ਉਹ ਪਰੇ ਪਿੱਛੇ ਚਿੱਟੀ ਖਲੋਤੀ, ਇੱਕ ਵਾਰੀ ਐਂ ਨਹੀਂ ਘੱਟਦੇ ਸਾਰੀਆਂ ਨੂੰ, ਇਹ ਵੀ ਮੱਛੀ ਵੇਖ ਲਓ ਮਾਸ਼ਾਅੱਲਾ, ਅੱਠ ਨਾ ਕਿ ਜੇ ਫਾਈਨਲ ਡਿਸੀਜਨ ਤੁਹਾਡਾ ਹੁੰਦਾ, ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ, ਚੋਇਸ ਕਰਨੀ ਹੋਵੇ, ਚੂਜ਼ ਕਰਨੀ ਹੋਵੇ, ਇੱਕ ਅੱਧੀ ਵਿੱਚੋਂ ਲੈਣੀ ਹੋਵੇ ਜੀ, ਅਗਰ ਲਾਟ ਚੁੱਕੋਗੇ ਤਾਂ ਫਿਰ ਜਿਸਨੇ ਅੱਠ ਸਾਂਭ ਲੈਣੀਆਂ ਨੇ ਮਾਸ਼ਾਅੱਲਾ, ਮੈਂ ਤਾਂ ਯੂਰਪ ਜਾਣ ਦੀ ਲੋੜ ਨਹੀਂ, ਇਹ ਅੱਠ ਗਾਵਾਂ ਬਣਾ ਲਓ ਸਾਲ ਦਾ ਖਰਚਾ ਜੇ, ਅਤੇ ਯੂਰਪ ਵਾਲਿਆਂ ਦੇ ਪੈਸੇ ਨਾਲ ਪੈਸੇ ਗਿਣ ਲਵਿਓ ਕਿ ਇਹਨਾਂ ਅੱਠ ਬੱਚੀਆਂ ਨੂੰ ਤਿਆਰ ਕਰਕੇ ਗਾਵਾਂ ਬਣਾ ਕੇ ਸੇਲ ਵੀ ਕਰੋਗੇ ਅਤੇ ਇਨਸ਼ਾਅੱਲਾ ਤਾਲਾ ਤੁਸੀਂ ਉਹਨਾਂ ਨਾਲੋਂ ਢੇਰ ਕਮਾਓਗੇ, ਉਹ ਵੀ ਸਾਡੇ ਭਰਾ ਬੜੀ ਮਿਹਨਤ ਐਫਰਟ ਉੱਥੇ ਕਰਦੇ ਨੇ ਤਾਂ ਜਾ ਕੇ ਪੈਸੇ ਕਮਾਉਂਦੇ ਨੇ, ਇਹ ਨਹੀਂ ਕਿ ਬਾਹਰ ਜਾ ਕੇ ਕੋਈ ਦਰਖਤਾਂ 'ਤੇ ਪੈਸਾ ਲੱਗਿਆ ਤਾਂ ਉਹਨਾਂ ਨੇ ਲਾ ਲੈਣਾ, ਭਾਵੇਂ ਯੂਰਪ ਜਾਂਦੇ ਨੇ ਤਾਂ ਵੀ, ਅਤੇ ਯੂਰਪ ਵਾਸਤੇ ਅੱਜ ਕੱਲ੍ਹ ਬੜੀ ਐਫਰਟ ਮਿਹਨਤ ਹੈ, 70-80 ਲੱਖ ਰੁਪਏ ਤੋਂ ਵੱਧ ਦੇ ਪੈਸੇ ਲਾਓ ਅਤੇ ਫਿਰ ਜਾ ਕੇ ਲੀਗਲ ਤਰੀਕੇ ਨਾਲ ਬੰਦਾ ਜਾਂਦਾ, ਫਿਰ ਉੱਥੇ ਜਾ ਕੰਮ ਚੱਲੇ ਨਾ ਚੱਲੇ, ਇਹ ਅਲਹਮਦੁਲਿਲਾ ਐਸਾ ਬਿਜ਼ਨਸ ਹੈ, ਇਹਦੇ ਉੱਤੇ ਤੁਸੀਂ ਪੈਸਾ ਲਾਉਣਾ, ਇੱਕ ਤਾਂ ਥੋੜ੍ਹਾ ਜਿਹਾ ਲਾਉਣਾ, ਫਿਰ ਸਾਲ ਬਾਅਦ ਦੋ, ਇੱਕ ਇੱਕ ਵੈਰ 6-6, 5-5, 6-6 ਲੱਖ ਰੁਪਏ ਦੀ, 7-7 ਲੱਖ ਰੁਪਏ ਦੀ, ਆਹ ਵੇਖੋ ਜਿਵੇਂ ਦੀ ਬਰੀਡ ਹੈ ਉਂਝ ਦੀ ਬਣਨੀ ਹੈ, ਅਤੇ ਫਿਰ ਅੱਠ ਬੱਚੀਆਂ ਦਾ ਹਿਸਾਬ ਲਾ ਲਓ, ਅੱਜ ਦਾ ਰੇਟ ਇਤਨਾ ਲੱਗੇਗਾ, ਤੁਸੀਂ ਆਖੋਗੇ ਕਿ ਯਾਰ ਪਰਸੈਂਟੇਜ ਕੱਢ ਕੇ ਲਿਆਈਏ, ਪੱਠਿਆਂ ਦੇ ਕੱਢ ਕੇ ਲਿਆਈਏ, ਲੇਬਰ ਕੱਢ ਕੇ ਲਿਆਈਏ, ਸਾਲ ਦਾ ਖਰਚਾ ਵੀ ਕੱਢੀਏ, ਫਿਰ ਵੀ ਬੱਚੀਆਂ ਸਾਨੂੰ ਇਨਸ਼ਾਅੱਲਾ ਤਾਲਾ ਮੁਨਾਫੇ ਹੀ ਦੇਣਗੀਆਂ, ਬਈ ਖੁਰਮ ਇਹ ਤਿਆਰ ਨੇ ਬਿਲਕੁਲ ਬਿਲਕੁਲ ਆਤੇ ਬੈਠੀ ਆ, ਤੁਹਾਡਾ ਮਾਇੰਡ ਕੀ ਹੈ, ਅੱਜ ਮੱਛੀ ਲੈ ਕੇ ਸਾਲ ਸਾਂਭ ਕੇ ਕਿੰਨਾ ਇੱਕ ਪ੍ਰੋਫਿਟ ਜਾਨਵਰ ਦੇ ਜਾਂਦਾ, ਥੋੜਾ ਤਾਂ ਬਿਜ਼ਨਸ ਸਾਲ ਬੜਾ ਲੰਮਾ ਪੀਰੀਅਡ ਹੈ ਨਾ, 12 ਮਹੀਨੇ, ਅਸੀਂ ਆਦਿਆਂ ਭਾਈ ਲੈ ਜਾਵੇ 3 ਮਹੀਨੇ ਦੀ ਡਾਕਟਰ ਪਾਸ ਕਰੇ, ਮੈਂ 1.25 ਲੱਖ ਰੁਪਇਆ ਪ੍ਰੋਫਿਟ ਲੈ ਕੇ ਮੈਨੂੰ ਵਾਪਸ, 1.25 ਲੱਖ ਪ੍ਰੋਫਿਟ ਲੈ ਕੇ ਵਾਪਸ ਦੇ, ਓ ਯਾਰ ਇਹ ਤੇ ਬਿਲਕੁਲ ਕਿਵੇਂ ਆਉਂਦੇ ਨੇ, ਸਟਾਮ ਪਹਿਲੇ ਕਰਾ ਲੈ ਲੈ, ਸਟਾਮ ਪਹਿਲੇ ਕਰਾ ਲਵੇ, ਆ ਬੱਚੀਆਂ ਲੈ ਵੰਜੇ 1.25 ਲੱਖ ਪ੍ਰੋਫਿਟ ਲੈ ਕੇ, ਹਾਂ ਇਹ ਗੱਲ ਆ ਤੇ ਬਈ ਹੈ ਵੀ ਉੱਥੇ ਪੱਠੇ ਨਾਲ ਕੋ ਨਾ ਪਾਵੇ ਤੇ 3 ਮਹੀਨਿਆਂ ਬਾਅਦ ਇਹ ਟੁਰਨ ਤੋਂ ਵੀ ਔਖੀ ਹੋਣ, ਨਹੀਂ ਨਹੀਂ ਗਰੋਥ ਹੋਣੀ ਚਾਹੀਦੀ ਹੈ, 1.25 ਲੱਖ ਖੁਰਾਕ ਜਿਵੇਂ ਦੀ ਇਸ ਹਿਸਾਬ 'ਚ ਉਹ ਦੇਵੋ ਤਾਂ 3 ਮਹੀਨੇ ਦੀ ਬੱਚੀ ਡਾਕਟਰ ਪਾਸ ਦਿਓ ਤਾਂ 1.25 ਲੱਖ ਮੁਨਾਫਾ ਲੈ ਲਓ, ਤੇ ਗਾਂ ਤਿਆਰ ਕਰ ਲਓ, ਫਿਰ ਤਾਂ ਤੁਹਾਡੇ ਨਸੀਬ ਨੇ, ਤੁਸੀਂ 5 ਲੱਖ ਮੁਨਾਫਾ ਲੈਂਦੇ ਹੋ, 4 ਲੱਖ ਲੈਂਦੇ ਹੋ, ਲੇਕਿਨ 3-4 ਮਹੀਨੇ ਦੇ ਵਿੱਚ 1.25 ਲੱਖ ਰੁਪਇਆ ਮੁਨਾਫਾ, ਫੀ ਜਾਨਵਰ, ਫੀ ਜਾਨਵਰ, ਅੱਠ ਬੱਚੀਆਂ ਨਹੀਂ, ਫੀ ਜਾਨਵਰ, ਦਿੰਦੇ ਆ ਤੇ ਬਾਈ ਕੋ ਨਹੀਂ ਆ, ਲੇਕਿਨ ਆ ਦਿਆਂ ਸੀ, ਹਾਂ ਲੇਕਿਨ ਜੇ ਟਮ ਗੱਬਣਾ ਹੋ ਜਾਂਦੀਆਂ ਫਿਰ ਦਿੰਦੇ ਹੀ ਕੋ ਨਹੀਂ, ਉਹ ਫਿਰ ਸੋਚਦੇ ਨੇ ਕਿ ਯਾਰ ਹੁਣ ਦੇ ਦੇਣੇ ਨਾਲੋਂ ਬਿਹਤਰ 4 ਮਹੀਨੇ ਸਾਂਭ ਲਵੀਏ ਤੇ ਗਾਂ ਬਣਾ ਲਵੀਏ, ਤੇ ਜੇਕਰ ਗਾਂ ਬਣਾ ਲਵੀਏ ਤਾਂ ਫਿਰ 6 ਲੱਖ ਦੀ, 7 ਲੱਖ ਦੀ, 8 ਲੱਖ ਦੀ ਵੀ ਸੇਲ ਹੋ ਸਕਦੀ ਹੈ, ਖਾਸ ਕਰਕੇ ਇੰਜ ਦੀਆਂ ਅਗਰ ਨਸਲਾਂ ਤੁਹਾਡੇ ਕੋਲ 5-7 ਨਗ ਖਲੋਤੇ ਹੋ ਮੰਨਾ, ਤੁਸੀਂ ਆਖੋ ਯਾਰ ਵਾਕਈ ਮਾਸ਼ਾਅੱਲਾ, ਫਿਰ ਆਈ ਤੇ ਰੇਟ ਮਕੂਲ ਕਰਨਾ ਚਾਹੀਦਾ, 1.25 ਲੱਖ ਮੁਨਾਫੇ ਦੀ ਆਫਰ ਦੀ, 1.25-2 ਲੱਖ ਲਾਉਣਾ, ਨਹੀਂ ਨਹੀਂ 1.25 ਲੱਖ ਰੁਪਿਆ ਮੁਨਾਫਾ ਵੀ ਆਖੇ ਹੈ, ਇੱਕ ਵਾਰੀ ਅਮਰ ਬਾਈ ਕੱਢੋ ਇਹਨੂੰ ਬਾਹਰ, ਹਾਂ ਅੱਜ 2 ਲੱਖ ਵੀ ਕੋਈ ਨਹੀਂ ਲਾਉਣਾ, ਪੂਰਾ ਵੀ ਨਹੀਂ ਲਾਉਣਾ, ਪੂਰਾ ਵੀ ਨਹੀਂ, ਅੱਜ ਤੁਸੀਂ ਵਾਈਨ ਪਸੰਦ ਆ 1.95 ਲੱਖ ਦੀ, 1.95 ਲੱਖ ਦੀ ਅੱਜ ਮੱਛੀ ਲੈ ਕੇ ਜਾਓ, 1.25 ਲੱਖ ਮੁਨਾਫਾ ਲੈ ਲਓ, 3 ਮਹੀਨੇ ਬੱਚੀ ਕਨਫਰਮ ਡਾਕਟਰ ਪਾਸ ਕਰ, ਪੰਜਾਬ ਦੀ ਡਿਲੀਵਰੀ ਵੀ ਫ੍ਰੀ, ਉਹ ਤੇਰੀ ਖੈਰ, 1.95 ਲੱਖ ਪੂਰੀ ਲਾਟ ਦੇ ਨਾਲ ਪੰਜਾਬ ਦੀ ਡਿਲੀਵਰੀ ਵੀ ਫ੍ਰੀ, 8 ਬੱਚੀਆਂ ਕੋਈ ਇਕੱਠੀਆਂ ਲਵੇ 1.95 ਲੱਖ ਦੀ ਲਾਟ ਹੈ, ਤੇ ਉਸ ਨੂੰ ਪੰਜਾਬ ਦੀ ਡਿਲੀਵਰੀ ਫ੍ਰੀ ਮਿਲੇਗੀ, ਤੇ 3 ਮਹੀਨੇ ਦੀਆਂ ਗਬਣਾ ਕਰਕੇ 1.25 ਲੱਖ ਮੁਨਾਫੇ ਤੇ ਵਾਪਸ ਦੇ ਸਕਦੇ ਹੋ, ਇਹ ਸੀ ਮਾਡਰੀ ਫਾਰਮ ਦੀ ਖੂਬਸੂਰਤ ਜੀ ਵੀਡੀਓ, ਕਿਵੇਂ ਦੀ ਲੱਗੀ ਕਮਿਸ਼ਨ ਜ਼ਰੂਰ ਦੱਸਿਓ, ਬਲਵਾਲ ਤਹਿਸੀਲ ਜ਼ਿਲ੍ਹਾ ਸਰਗੋਧਾ, ਸਾਲਮ ਇੰਟਰਚੇਂਜ ਲੱਗਦਾ, ਬੇਰਾ ਇੰਟਰਚੇਂਜ ਲੱਗਦਾ, ਜਿਹੜੇ ਇਸਲਾਮਾਬਾਦ ਆ ਰਹੇ ਹੋ ਬੇਰਾ, ਲਾਹੌਰ ਵੱਲੋਂ ਆ ਰਹੇ ਹੋ ਸਾਲਮ ਲੈ ਕੇ, ਤਕਰੀਬਨ ਸਾਲਮ ਇੰਟਰਚੇਂਜ ਤੋਂ ਅੱਗੇ 25 ਕਿਲੋਮੀਟਰ ਦਾ ਫਾਸਲਾ ਹੈ,
ਰੋਡ ਬਿਲਕੁਲ ਆ ਰਿਹਾ, ਡਬਲ ਰੋਡ ਆ ਰਿਹਾ, ਕੋਈ ਮਸਲਾ ਮਸੈਲ ਨਹੀਂ, ਕਾਰਪੋਰੇਟ ਰੋਡ ਆ ਰਿਹਾ, ਦੋਵਾਂ ਯਾਦ ਰੱਖਿਓ। ਅੱਲਾ ਹਾਫਿਜ਼ ਜੀ, ਪਾਕਿਸਤਾਨ।